ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਸਾਰੇ? ਮੈਂ ਜੱਸੀ ਦਿਓਲ ਅਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਆਪਾਂ ਗੱਲ ਕਰਾਂਗੇ ਜੀ ਉਸ ਅਦਾਕਾਰ ਦੇ ਬਾਰੇ ਜੋ ਮਾਡਲਿੰਗ ਦੀ ਦੁਨੀਆ ਵਿੱਚ ਹਿੱਟ ਹੋਣ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚ ਵੀ ਸੁਪਰ ਹਿੱਟ ਰਹੇ, ਜਿਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਇਆ ਜਾਂਦਾ, ਜਿਨ੍ਹਾਂ ਦਾ ਨਾਮ ਹੈ ਜੀ ਕਰਤਾਰ ਚੀਮਾ। ਪੰਜਾਬੀ ਸਿਨੇਮਾ ਇੰਡਸਟਰੀ ਵਿੱਚ ਕਰਤਾਰ ਚੀਮੇ ਦੀ ਇੱਕ ਵੱਖਰੀ ਪਹਿਚਾਣ ਹੈ। ਕਰਤਾਰ ਚੀਮੇ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਾਰਾ ਪਿਆਰ ਮਿਲਿਆ, ਜਿਵੇਂ ਕਿ ਸਿਆਸਤ ਫਿਲਮ, ਦਾਰਾ ਫਿਲਮ, ਸਿਕੰਦਰ ਅਤੇ ਸਿਕੰਦਰ 2। ਅਤੇ ਹੁਣ ਕਰਤਾਰ ਚੀਮਾ ਲੈ ਕੇ ਆ ਰਿਹਾ ਜੀ ਨਵੀਂ ਫਿਲਮ, ਜਿਸ ਦਾ ਨਾਮ ਹੈ ਜੀ ਥਾਣਾ ਸਦਰ। ਇਸ ਫਿਲਮ ਵਿੱਚ ਕਰਤਾਰ ਚੀਮਾ ਪੰਜਾਬ ਪੁਲਿਸ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ। ਟ੍ਰੇਲਰ ਵੇਖ ਕੇ ਲੱਗਦਾ ਕਿ ਇਹ ਫਿਲਮ ਐਕਸ਼ਨ ਦੇ ਨਾਲ ਭਰਪੂਰ ਮਿਲੇਗੀ। ਕਰਤਾਰ ਚੀਮੇ ਦੇ ਐਕਸ਼ਨ ਸੀਨ ਬਹੁਤ ਘੈਂਟ ਨਜ਼ਰ ਆ ਰਹੇ ਨੇ। ਅਤੇ ਹੁਣ ਗੱਲ ਕਰਦੇ ਹਾਂ ਇਸ ਫਿਲਮ ਦੀ ਸਟਾਰ ਕਾਸਟ ਬਾਰੇ ਅਤੇ ਪ੍ਰੋਡਕਸ਼ਨ ਬਾਰੇ। ਫਿਲਮ ਥਾਣਾ ਸਦਰ ਨੂੰ ਡਾਇਰੈਕਟ ਕੀਤਾ ਜੀ ਵਿਕਰਮ ਥੋਰੀ ਦੇ ਵੱਲੋਂ, ਅਤੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਲਕਾਰ ਭੁੱਲਰ, ਅਤੇ ਕ੍ਰੀਏਟਿਵ ਪ੍ਰੋਡਿਊਸਰ ਨੇ ਇਸ ਫਿਲਮ ਦੇ ਰਿੰਪਲ ਬਰਾੜ, ਕੋ ਪ੍ਰੋਡਿਊਸਰ ਨੇ ਹਰਦੀਪ ਸਿੰਘ ਗਰੇਵਾਲ ਅਤੇ ਮਨੀ ਭੁੱਲਰ। ਅਤੇ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ ਜੀ ਹੈਪੀ ਰੋਡੇ ਦੇ ਵੱਲੋਂ। ਜੇ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਲੀਡ 'ਤੇ ਨਜ਼ਰ ਆਉਣਗੇ ਕਰਤਾਰ ਚੀਮਾ, ਅਤੇ ਇਹਨਾਂ ਦੇ ਨਾਲ ਹੋਣਗੇ ਵਿਕਰਮਜੀਤ ਵਿਰਕ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਮਹਾਵੀਰ ਭੁੱਲਰ, ਅਰਸ਼ ਮੈਨੀ, ਮਲਕੀਤ ਰੌਣੀ, ਵੈਕਟਰ ਜੌਨ, ਹਰਿੰਦਰ ਸੰਧੂ, ਪਰਮਵੀਰ ਸਿੰਘ, ਬਲਜਿੰਦਰ ਕੌਰ ਐਂਡ ਗੁੰਜਨ ਕਟੌਚ। ਅਤੇ ਇਹ ਫਿਲਮ 17 ਸਤੰਬਰ 2021 ਨੂੰ ਸਾਰੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਥਾਣਾ ਸਦਰ ਦੀ ਸਾਰੀ ਟੀਮ ਨੇ ਫਿਲਮ ਲਈ ਕਾਫੀ ਮਿਹਨਤ ਕਰੀ ਹੈ, ਅਤੇ ਕਰਤਾਰ ਚੀਮਾ ਦੀ ਆਪਣੀ ਬਾਡੀ ਲੁੱਕ 'ਤੇ ਕੀਤੀ ਮਿਹਨਤ ਸਾਫ ਨਜ਼ਰ ਆ ਰਹੀ ਹੈ। ਸਲਮਾਨ ਖਾਨ ਦੀ ਲੁੱਕ ਨੂੰ ਟੱਕਰ ਦੇਵੇਗੀ ਇਸ ਫਿਲਮ ਵਿੱਚ ਕਰਤਾਰ ਚੀਮੇ ਦੀ ਲੁੱਕ। ਹੋਰ ਅਪਡੇਟ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਬੈੱਲ ਆਈਕਨ ਪ੍ਰੈੱਸ ਜ਼ਰੂਰ ਕਰਨਾ, ਤਾਂ ਜੋ ਸਾਡੀ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਜ਼ਰੂਰ ਪਹੁੰਚੇ। ਥੈਂਕ ਯੂ ਸੋ ਮੱਚ।